ਫਾਦਰ ਜੀ ਨੇ ਮੈਨੂੰ ਆਸਤਾ ਕਦੀ ਨਹੀਂ ਰੋਕਿਆ ਉਹਨਾਂ ਅੱਜ ਵੀ ਪੈਸੇ ਕਮਾਉਂਦੀਆਂ ਨੇ ਮੈਂ ਤਾਂ ਪੈ ਪੈਸੇ ਵੀ ਨਹੀਂ ਮੰਗਦੇ ਹੈਗੇ ਜੋ ਤਾਂ ਮੈਂ 6 7th ਕਲਾਸ ਤੋਂ ਹੀ ਦੇਖਿਆ ਨਾ ਉਹਨਾਂ ਕੋਲ ਸਾਈਕਲ ਹੁੰਦਾ ਸੀਗਾ ਉਹਨਾਂ ਨੇ ਨਾ ਸਾਈਕਲ ਤੋਂ ਹੀ ਕੰਮ ਕੀਤਾ ਅੱਜ ਵੀ ਕਈ ਵਾਰੀ ਉਹ ਕੰਮ ਕਰਦੇ ਆ ਤੇ ਉਹਨੇ ਨਾ ਮੈਨੂੰ ਪੈਸੇ ਨਹੀਂ ਕਦੇ ਮੰਗੇ ਪਰ ਮੈਨੂੰ ਆਪਦੀ ਖੁਸ਼ੀ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਪੈਸੇ ਕਮਾ ਕੇ ਦੇਵਾਂ ਕਿ ਅੱਜ ਮੈਂ ਇੱਥੇ ਤੱਕ ਆ ਨਾ ਮੰਮੀ ਡੈਡੀ ਕਰਕੇ ਆ ਰਿਸ਼ਤੇਦਾਰ ਬਹੁਤ ਬੋਲਦੇ ਇੱਥੋਂ ਦੇ ਲੋਕ ਵੀ ਮੈਨੂੰ ਬਹੁਤ ਬੋਲਦੇ ਆ ਅੱਜ ਵੀ ਬੋਲਦੇ ਕਹਿੰਦੇ ਕੁੜੀ ਚੰਨੀ ਕੜ ਰਹਿੰਦੀ ਆ ਜੀ ਪਤਾ ਨਹੀਂ ਕਿਆ-ਕਿਆ ਕਰਦੀ ਪਰ ਕਿਸੇ ਨੂੰ ਕਿਆ ਪਤਾ ਮੈਂ ਇੱਥੋਂ ਤੱਕ ਕਿੱਦਾਂ ਆਈ ਆ ਕਿੱਦਾਂ ਨਹੀਂ ਆ ਨਾ ਉਰੀ ਹੋ ਕੇ ਨੇ ਮੈਨੂੰ ਕਮੈਂਟ ਕੀਤਾ ਚਾਰ ਬੰਦਿਆਂ ਦੇ ਵਿੱਚ ਕਹਿੰਦੇ ਇਹਨੂੰ ਕੱਪੜੇ ਪਾਉਣ ਦੀ ਤਮੀਜ਼ ਨਹੀਂ ਐ ਇੱਥੋਂ ਇੱਥੋਂ ਤੱਕ ਮੈਨੂੰ ਲੋਕਾਂ ਨੇ ਬੋਲਿਆ ਕਹਿੰਦੇ ਕਿ ਆ ਇਹ ਕੰਮ ਕਰ ਰਹੀ ਆਪਣੀ ਸ਼ਾਪ ਆ ਕੋਈ ਬ੍ਰਾਂਡਡ ਕੱਪੜੇ ਨਹੀਂ ਆ ਪੀਜ਼ਾ ਨਹੀਂ ਆਰਡਰ ਕਰਦੇ ਉਹਨਾਂ ਨੇ ਪਹਿਲਾਂ ਹੀ ਵੇਖਣਾਗਾ ਕਿ ਲੋਕਲ ਜੀ ਆ ਪੀਜ਼ਾ ਪਤਾ ਨਹੀਂ ਕਿਦਾਂ ਕਿਦਾਂ ਦੇ ਪੀਜ਼ਾ ਬਟ ਖਾਣ ਤੋਂ ਪਿੱਛੇ ਮੈਨੂੰ ਇਹੀ ਮਤਲਬ ਕਹਿ ਕੇ ਜਾਂਦੇ ਆ ਕਿ ਮੈਮ ਸੌਰੀ ਅਸੀਂ ਪਹਿਲਾਂ ਐਦਾਂ ਐਦਾਂ ਬੋਲੇ ਸੀਗੇ ਬਟ ਤੁਹਾਡਾ ਡੋਮੀਨੋਸ ਤੋਂ ਬੈਸਟ ਹੈ ਪੀਜ਼ਾ ਇੰਟਰਵਿਊ ਨੂੰ ਦੇਖ ਕੇ ਨਾ ਕਾਫੀ ਮੈਨੂੰ ਆਊਟ ਆਫ ਕੰਟਰੀ ਤੋਂ ਕਾਲਸ ਆਈਆਂ ਕਿ ਇਸ ਨੂੰ ਸਪான்ਸਰ ਕਰ ਲੈਣੇ ਆਂ ਵੇਖ ਰਹੀਆਂ ਅਗਰ ਮੇਰਾ ਬਾਹਰ ਦਾ ਹੋਗਾ ਤਾਂ ਮੈਂ ਆਪਣਾ ਬਾਹਰ ਦਾ ਕਰਕੇ ਆਪਣੇ ਪੈਰਾਂ ਤੇ ਸਟੈਂਡ ਹੋ ਗੇ ਮਮੀ ਪਾਪਾ ਦਾ ਨਾਮ ਲੈ ਕੇ ਜਾਣਾ ਪੁੱਤ ਬੰਡਾਉਣ ਜ਼ਮੀਨਾ ਤੀਆਂ ਦੁੱਖ ਬਣਾਉਂਦੀਆਂ ਨੇ ਇਸ ਗੱਲ ਦੀ ਸਿੱਧੀ ਮਿਸਾਲ ਇੱਕ ਧੀ ਸਾਡੇ ਨਾਲ ਮੌਜੂਦ ਆ ਜਿਸ ਨੇ ਘਰ ਦੇ ਖਰਚੇ ਵੀ ਚੱਕੇ ਜ਼ਰੂਰਤਾਂ ਵੀ ਪੂਰੀਆਂ ਕਰੀਆਂ ਦਿਨ ਰਾਤ ਮਿਹਨਤ ਵੀ ਕੀਤੀ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆਈਆਂ ਕਿਵੇਂ ਕੰਮਕਾਰ ਚੱਲ ਰਿਹਾ ਮੈਡਮ ਸਵਾਗਤ ਹੈ ਬ੍ਰੋਪਨੀਆ ਟੀਵੀ ਤੇ ਸਾਸ਼ਿਕਾ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਕੰਮ ਸ਼ੌਂਕ ਨੂੰ ਕਰਿਆ ਸੀ ਜਾਂ ਘਰ ਦੀਆਂ ਜ਼ਰੂਰਤਾਂ ਕਰਕੇ ਮਜਬੂਰੀਆਂ ਸੀ ਸਰ ਕਰਦੇ ਆ ਜੌਬ ਤੋਂ ਅੱਜ ਦਾ ਸਟਾਰਟ ਕੀਤਾ ਕੰਮ ਹੈ ਜ ਸਟੱਡੀ ਸਟੱਡੀ ਕਰਦੇ ਕਰਦੇ ਹੀ ਮੈਂ ਆਪਣੀ ਜੌਬ ਜੌਬ ਸਟਾਰਟ ਕਰ ਲਈ ਸੀ ਮਜਬੂਰੀ ਸੀਗੀ ਕਰਦੀ ਅਦਾਸੀ ਕੀ ਪਾਪਾ ਇਕੱਲੇ ਕਰਦੇ ਸੀਗੇ ਆ 6th ਕਲਾਸ ਵਿੱਚ ਸੀਗੀ ਮੈਂ 2250 ਰੁਪਏ ਪਾਪਾ ਇੱਕ ਇੱਕ ਦਿਨ ਦੇ ਕਮਾਦੇ ਹੁੰਦੇ ਸੀਗੇ ਤੇ ਉਹ ਵੀ ਅਗਰ ਕਈ ਵਾਰੀ ਕੰਮ ਮਿਲ ਗਿਆ ਤਾਂ ਠੀਕ ਹੈ ਆਦਰਵਾਇਜ਼ ਕੁਝ ਨਹੀਂ ਹੈ ਨਹੀਂ ਤਾਂ ਫ੍ਰੀ ਤਾਂ ਫ੍ਰੀ ਤਾਂ ਫਿਰ ਅ ਪੰਜ ਸਿਸਟਰਾਂ ਸੀ ਬ੍ਰਦਰ ਸਭ ਤੋਂ ਛੋਟਾ ਸੀਗਾ ਚਲੋ ਸਿਸਟਰਸ ਨੇ ਉਸ ਟਾਈਮ ਤੋਂ ਸਿਸਟਰਸ ਨੇ ਵੀ ਹੈਲਪ ਕਰਵਾਈ ਉਹਨਾਂ ਦੀ ਹਾਲਾਂਕਿ ਇਹ ਨਹੀਂ ਸਟੱਡੀ ਨਹੀਂ ਹੈ ਬਟ ਚਲੋ ਮੈਨੂੰ ਮੈਂ ਇਹੀ ਉਹਨਾਂ ਨੂੰ ਦੇਖ ਕੇ ਹੀ ਸੋਚਿਆ ਕਿ ਮੈਂ ਆਪਣੀ ਸਟੱਡੀ ਦੇ ਨਾਲ ਨਾ ਨਾ ਜੋਬ ਵੀ ਕਰਨੀ ਆਪਣੀ ਸਟੱਡੀ ਨਹੀਂ ਛੱਡੂੰਗੀ ਉਹਨਾਂ ਦੀ ਕੰਡੀਸ਼ਨ ਐਦਾ ਦੀ ਸੀ ਉਹਨਾਂ ਤਾਂ ਸਟੱਡੀ ਨਹੀਂ ਹੋਈ ਉਹਨਾਂ ਨੇ ਕੰਮ-ਕੰਮ ਦੇ ਵਿੱਚ ਸਾਥ ਦਿੱਤਾ ਫਿਰ ਉਹਨਾਂ ਨੂੰ ਦੇਖ ਕੇ ਮੈਂ ਹੀ ਸੋਚਿਆ ਕਿ ਦੇਖੋ ਵੀ ਮੈਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਹੀ ਹੋਣਾ ਔਰ ਮਮਾ ਪਾਪਾ ਨੂੰ ਮੈਂ ਅੱਗੇ ਲੈ ਕੇ ਹੀ ਜਾਣਾਗਾ ਫਿਰ ਮੈਂ ਸਰ ਆਪਣੇ ਸ਼ਹਿਰ ਦੇ ਵਿੱਚ ਕੰਮ ਕੀਤੇ ਸੰਗਰੂਰ ਤੋਂ ਆ ਮੈਂ ਡਿਸਟਿੰਕ ਮੇਰਾ ਸੰਗਰੂਰ ਹੈ ਫਿਰ ਮੈਂ ਆਪਣੇ ਸ਼ਹਿਰ ਦੇ ਵਿੱਚ ਮਤਲਬ ਇੱਕ ਦੋ ਜੋਬਸ ਕੀਤੀਆਂ ਉਸ ਤੱਕ ਮੈਂ ਮੈਡੀਕਲ ਲਾਈਨ ਦੇ ਵਿੱਚ ਵੀ ਕੰਮ ਕੰਮ ਕੀਤਾਗਾ ਆਰੇ ਫਿਰ ਉਸ ਤੋਂ ਬਾਅਦ ਨਾ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਮਹਾਲੀ ਅਪਲਾਈ ਕਰੋ ਕਿ ਤੁਹਾਨੂੰ ਮਹਾਲੀ ਨਾ ਸੈਲਰ ਵਗੈਰਾ ਮਿਲੇਗੀ। ਛੇ ਮੇਰੇ ਸੈਲਰ ਦਾ ਵਿਸਥਾਰ ਹੀ ਸੀਗਾ 1000 2000 ਬਸ 1500। ਮਤਲਬ 12-12 ਘੰਟੇ ਕੰਮ ਕਰਨਾ ਸਵੇਰੇ 8 ਵਜੇ ਜਾਣਾ ਸ਼ਾਮ ਨੂੰ 6-7 ਵਜੇ ਆਣਾ 1500 2000 ਇਹੀ ਮਿਲਦਾ ਹੁੰਦਾ ਸੀਗਾ। ਫਿਰ ਆਪਣੇ ਪੜਾਈ ਦਾ ਵੀ ਦੇਖਣਾ ਦੇਖਣਾ ਸੀਗਾ। ਫਿਰ ਮੈਂ ਸਰ ਓਪਨ ਕਲਾਸਾਂ ਕੀਤੀਆਂ। ਪ੍ਰਾਈਵੇਟ ਸਟੱਡੀ ਕੀਤੀ ਐ ਮੈਂ 10 ਤੋਂ ਬੀਏ ਤੱਕ ਬਟ ਨਾਲ ਨਾਲ ਨਾ ਮੈਂ ਆਪਣੀ ਜੌਬ ਜੌਬ ਕੀਤੀ ਐ। ਤੇ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਮੋਹਾਲੀ ਜੋਬ ਫਿਰ ਮੈਂ ਮੋਹਾਲੀ ਐਪਲਾਈ ਕੀਤਾ ਕਿ ਜੋਬ ਦਾ ਇੱਥੇ ਮੈਨੂੰ 5-6 ਤੋਂ ਸਟਾਰਟ ਹੋ ਗਈ ਸੀਗੀ ਸੈਲਰੀ ਵਗੈਰਾ ਤੇ ਜਦੋਂ ਮੈਂ ਮੇਰਾ ਮਤਲਬ ਫੂਡ ਲਾਈਨ ਦਾ ਸਕੋਪ ਨਹੀਂ ਸੀਗਾ ਉਹਦਾ ਸਿਰਫ ਮਜਬੂਰੀ ਸੀ ਮੈਨੂੰ ਫੂਡ ਲਾਈਨ ਦੇ ਵਿੱਚ ਮੈਨੂੰ ਜੋਬ ਮਿਲ ਗਈ ਉਹ ਮੈਨੂੰ 5-6000 ਤੇ ਮਿਲੀ ਸੀਗੀ ਫਿਰ ਐਦਾ ਸੀਗਾ ਕਿ ਮੈਂ ਨਾ 15-15 20-20 ਕਿਲੋਮੀਟਰ ਤੇ ਦੂਰ ਮੈਨੂੰ ਜੋਬ ਮਿਲੀ ਪਹਿਲਾਂ ਤਾਂ ਮੋਹਾਲੀ ਆਈ ਪਰ ਮੈਨੂੰ ਕੰਮ ਜੌਬ ਨਹੀਂ ਮਿਲੀ ਦੋ ਦੋ ਤਿੰਨ ਮਹੀਨੇ ਐਦਾ ਹੀ ਰਹੀ ਮੈਨੂੰ ਮੇਰੇ ਨਾਲ ਦੀਆਂ ਫਰੈਂਡਸ ਨੇ ਵੀ ਕਿਹਾ ਕਿ ਤੈਨੂੰ ਵੀ ਤੇਰੇ ਬਸ ਦਾ ਕੰਮ ਨਹੀਂ ਐ ਛੰਡਿ ਗੜ ਮੋਹਾਲੀ ਦੇ ਵੀ ਜੌਬ ਕਰਨੀ ਵੀ ਤਹਾਡੇ ਤੋਂ ਨਹੀਂ ਹੋਣਾ ਤੇਰੀ ਫੈਮਿਲੀ ਕੋਲ ਪੈਸੇ ਹੈ ਨਹੀਂ ਰੈਂਟ ਵਗੈਰਾ ਤੈਨੂੰ ਪੇ ਕਰਨਾ ਪੈਣਾ ਚਲੋ ਸਰ ਮੈਨੂੰ ਕਾਫੀ ਲੋਕਾਂ ਨੇ ਕਾਫੀ ਕੁਝ ਕਿਹਾ ਬਟ ਫਿਰ ਵੀ ਮੈਨੂੰ ਨਾ ਫੂਡ ਲਾਈਨ ਦੇ ਵਿੱਚ ਮੈਂ ਖੁਦ ਪਰਜੀ ਮੈਨੂੰ ਨਾ 27 ਸੈਕਟਰ ਦੇ ਵਿੱਚ ਜੋਬ ਮਿਲੀ ਮੈਂ 68 ਦੇ ਵਿੱਚ ਰਹਿੰਦੀ ਹੁੰਦੀ ਸੀ ਉਸ ਟਾਈਮ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਕਿਆ ਸਿਸਟਮ ਹੈ ਕਿਆ ਨਹੀਂ ਅਰ ਮੈਂ 68 ਤੋਂ ਪੈਦਲ ਜਾਣਾ 27 ਸੈਕਟਰ ਦੇ ਵਿੱਚ ਮੈਨੂੰ ਪੀਜ਼ਾ ਗਲੇਰੀਆ ਤੇ ਜੋਬ ਮਿਲੀ ਉਹਦੇ ਕੋ 6000 ਸੈਲਰੀ ਸੀਗੀ ਆਟੋ ਦਾ ਖਰਚਾ ਤਾਂ ਸੀ ਨਿਕਲਦਾ ਫਿਰ ਰੂਮ ਦਾ ਵੀ ਦੇਣਾ ਹੁੰਦਾ ਸੀਗਾ ਫਿਰ ਕਰਦੇ ਕਰ ਸਰ ਮੈਨੇ 4-5 ਸਾਲ ਐਦਾ ਡੋਮਿਨੋਸ ਵਗੈਰਾ ਵਿੱਚ ਫਿਰ ਮੈਨੇ ਜੌਬ ਕੀਤੀ ਹੈ ਪੀਜ਼ਾ ਹਟ ਵਗੈਰਾ ਫਿਰ ਮੈਨੇ ਜੌਬ ਕੀਤੀ 4-5 ਸਾਲ ਬਾਅਦ ਤੇ ਜਦੋਂ ਮੇਰੀ ਸੈਲਰੀ ਵਾਧੀ ਗਈ 15 15 ਤੱਕ ਆ ਗਈ ਫਿਰ ਚਲੋ ਪਹਿਤੂ ਪਾਪਾ ਕੰਮ ਕਰਦੇ ਹੁੰਦੇ ਸੀਗੇ ਹੁਣ ਪਾਪਾ ਤਾਂ ਬਿਲਕੁਲ ਹੀ ਕੰਮ ਨਹੀਂ ਹੁੰਦਾ ਬ੍ਰਦਰ ਛੋਟਾ ਉਹਨਾਂ ਦੀ ਸਟੱਡੀ ਕੰਪਲੀਟ ਹੋਈ ਹੈ ਉਹ ਤਾਂ ਚਲੋ ਫਿਲਹਾਲ ਥੋੜਾ ਬਹੁਤ ਕਰਦੇ ਆ ਪਰ ਇਹਨਾਂ ਉਹ ਵੀ ਨਹੀਂ ਕਰਦੇ ਉਹ ਵੀ ਆਪਣੀ ਸਟੱਡੀ ਦਾ ਮਤਲਬ ਉਹਨਾਂ ਨੇ ਕਰਨਾਗਾ ਤੇ ਉਹ ਜਦੋਂ ਮੈਨੂੰ ਮੇਰੀ ਸੈਲਰੀ ਤੇ ਵੀ ਨਾ ਕੁਝ ਨਿਕਲਿਆ ਫਿਰ ਨਾ ਮੈਂ ਆਪਣੇ ਕੰਮ-ਕਮ ਦਾ ਸੋਚਿਆ ਕੁਛ ਤਾਂ ਮੇਰੀ ਸੇਵਿੰਗ ਸੀਗੀ ਕੁਛ ਫਰਮਾਇਦਾਈ ਲੋਨ ਵਗੈਰਾ ਅਪਲਾਈ ਕਰਕੇ ਮੈਂ ਆਪਣਾ ਕੰਮ ਸਟਾਰਟ ਕੀਤਾ ਤੇ ਇੱਥੋਂ ਤੱਕ ਮੇਰਾ ਆਨ ਦਾ ਮਕਸਦ ਆਪਣੇ ਪੈਰਾਂ ਤੇ ਸਟੈਂਡ ਹੋਣਾ ਨਹੀਂ ਐ ਮੇਰੇ ਮੰਮਾ ਪਾਪਾ ਨੂੰ ਲੈ ਕੇ ਆਉਂਦਾ ਗਿਆ ਅੱਗੇ ਵੀ ਚਲੋ ਸਭ ਤੋਂ ਬੈਸਟ ਸਭ ਤੋਂ ਮੇਨ ਚੀਜ਼ ਮੇਰੇ ਲਈ ਐ ਕਿ ਮੇਰੇ ਕਰਕੇ ਮੇਰੇ ਪਾਪਾ ਦਾ ਨਾਮ ਨਾਮ ਹੋ ਰਿਹਾ ਸਭ ਤੋਂ ਵੱਡੀ ਚੀਜ਼ ਐ ਫੈਮਿਲੀ ਤੁਹਾਡੀ ਇੱਥੇ ਨਾਲ ਰਹਿੰਦੇ ਆ ਜਾਂ ਉਹ ਸੰਗਰੂਰੀ ਰਹਿੰਦੇ ਨੇ ਨਹੀਂ ਨਹੀਂ ਉਹ ਤਾਂ ਜੀ ਘਰ ਹੀ ਘਰ ਹੀ ਰਹਿੰਦੇ ਨੇ ਇੱਥੇ ਮੈਂ ਹੀ ਰਹਿਣੀ ਆਂਗੀ ਰੈਂਟ ਤੇ ਤੁਸੀਂ ਇਕੱਲੇ ਹੀ ਰਹਿੰਦੇ ਹੋ ਜਾਂ ਤੁਹਾਡਾ ਕੋਈ ਰਿਲੇਟਿਵ ਨੇ ਜਾਂ ਕੋਈ ਬ੍ਰਦਰ ਤੁਹਾਡਾ ਇੱਥੇ ਰਹਿੰਦਾ ਨਹੀਂ 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 ਸਰ ਮੈਂ ਤਾਂ ਕੁੜੀਆਂ ਨਾਲ ਇੱਥੇ ਰਹਿਣੀ ਆਂਗੀ ਤੇ ਮੰਮੀ ਡੈਡੀ ਤਾਂ ਆਪਣੇ ਉੱਥੇ ਘਰ ਨੇ ਮੈਂ 5-6 ਸਾਲ ਤੋਂ ਇਕੱਲੀ ਇੱਥੇ ਰਹਿਣੀ ਆਂਗੀ ਰੈਂਟ ਤੇ ਘਰ ਜਾਣੇ ਸਪੋਰਟ ਕੀਤਾ ਸੀ ਤੁਹਾਨੂੰ ਫਿਰ ਵੀ ਕੰਮ ਕਰਨ ਲਈ ਕਿਉਂਕਿ ਇਕੱਲੇ ਨੂੰ ਕੁੜੀਆਂ ਤੁਹਾਨੂੰ ਪਤਾ ਹੈ ਨਾ ਜਲਦੀ ਆਪਣਾ ਛੱਡ ਦੇਣੀ ਕਿ ਐਦਾਂ ਵੀ ਨਹੀਂ ਕੀ ਕੰਮ ਕਰਨਗੀ ਕਿਵੇਂ ਕਰਨਗੀ ਕਰਦੇ ਜਾਣੇ سپورਟ ਕੀਤਾ ਰਿਸ਼ਤੇਦਾਰ ਵੀ ਹੁੰਦੇ ਨੇ ਕਿ ਹਣਾ ਰਿਸ਼ਤੇਦਾਰ ਵੀ ਮੇਨੇ ਵੀ ਮਾਰਦੇ ਨੇ ਵੀ ਕੁੜੀ ਆ ਕਿੱਥੇ ਕਾਣੂ ਭੇਜਣਾ ਬਾਹਰ ਸਰ ਮਮ ਦੇਖੋ سپورਟ ਦੀ ਗੱਲ ਕਰੋ ਹਣਾ ਮਤਲਬ ਮੈਂ 99% ਲੋਕਾਂ ਨੂੰ ਇਹ ਦੇਖਿਆ ਕੁੜੀਆਂ ਦੀ سپورਟ ਕੋਈ ਨਹੀਂ ਕਰਦਾ ਖਾਸ ਕਰਨਾ ਫਾਦਰ ਫਾਦਰ ਕਹਿੰਦੇ ਹਣਾ ਵੀ ਨਈ ਕੁੜੀ ਉੱਥੇ ਕੱਲੀ ਜਾਊਗੀ ਪਰ ਮੇਰੇ ਨਾਲ ਡੈਡੀ ਇੰਨੇ ਚੰਗੇ ਆ ਨਾ ਉਹਨਾਂ ਨੇ ਮੈਨੂੰ ਕਦੇ ਮੇਰੇ ਫਾਦਰ ਨੇ ਨਾ ਮੈਨੂੰ ਆਸਤਾ ਕਦੀ ਨਹੀਂ ਰੋਕਿਆ ਉਹ ਨਾ ਅੱਜ ਵੀ ਮੈਂ ਪੈਸੇ ਕਮਾਉਣੀ ਉਹ ਮੈਂ ਤਾਂ ਪੈਸੇ ਵੀ ਨਹੀਂ ਮੰਗਦੇ ਹੈਗੇ ਉਹਨਾਂ ਇੱਕ ਮਤਲਬ ਜਦੋਂ ਮੈਂ 6th 7th ਕਲਾਸ ਤੋਂ ਹੀ ਦੇਖਿਆ ਨਾ ਉਹਨਾਂ ਕੋਲੇ ਸਾਈਕਲ ਹੁੰਦਾ ਸੀਗਾ ਉਹਨਾਂ ਨੇ ਨਾ ਸਾਈਕਲ ਤੇ ਕੰਮ ਕੀਤਾ ਅੱਜ ਵੀ ਮੈਂ ਕਈ ਵਾਰੀ ਉਹ ਕੰਮ ਕਰਦੇ ਆ ਤੇ ਉਹਨੇ ਨਾ ਮੈਨੂੰ ਪੈਸੇ ਨਹੀਂ ਕਦੇ ਮੰਗੇ ਪਰ ਮੈਨੂੰ ਹੀ ਆਪਦੀ ਖੁਸ਼ੀ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਪੈਸੇ ਕਮਾ ਕੇ ਦੇਵਾਂ ਕਿ ਸਭ ਕੁਝ ਬਣਾਇਆ ਹੈ ਨਾ ਤੇ ਮੰਮੀ ਪਪਾ ਨੇ ਤਾਂ ਮੈਨੂੰ ਕਦੀ ਨਾ ਰੋਕੇ ਅੱਜ ਮੈਂ ਇੱਥੇ ਆਕਾ ਨਾ ਮੰਮੀ ਡੈਡੀ ਕਰਕੇ ਰਿਸ਼ਤੇਦਾਰ ਬਹੁਤ ਬੋਲਦੇ ਇੱਥੋਂ ਦੇ ਲੋਕ ਵੀ ਮੈਨੂੰ ਬਹੁਤ ਬੋਲਦੇ ਆ ਹੁਣ ਮੈਂ ਦੇਖੋ ਸਵੇਰੇ 10 ਵਜੇ ਆਣੀ ਆ 10:30 ਮੈਨੂੰ ਹੋ ਜਾਂਦੇ ਆ 3:30 ਵਜੇ ਤੱਕ ਮੈਂ ਸ਼ਾਪ ਤੇ ਰਹਿਣੀ ਆ ਇੱਥੋਂ ਦੇ ਲੋਕ ਮੈਨੂੰ ਕਹਿੰਦੇ ਕਹਿੰਦੇ ਪਤਾ ਨਹੀਂ ਇਹ ਕੀ ਕਰਦੀ ਆ ਸਵੇਰੇ 10 ਵਜੇ ਆ ਕੇ 3:00 ਵਜੇ ਤੱਕ ਸ਼ਾਪ ਤੇ ਬੈਠੀ ਰਹਿੰਦੀ ਆ ਪਤਾ ਨਹੀਂ ਕੁਝ ਕਮਾਉਂਦੀ ਆ ਪਤਾ ਨਹੀਂ ਨਹੀਂ ਰਿਸ਼ਤੇਦਾਰ ਬਹੁਤ ਬੋਲਦੇ ਆ ਅੱਜ ਵੀ ਬੋਲਦੇ ਆ ਕਹਿੰਦੇ ਕੁੜੀ ਚੰਡੀਗੜ੍ਹ ਰਹਿੰਦੀ ਆ ਜੀ ਪਤਾ ਨਹੀਂ ਕਿਆ-ਕਿਆ ਕਰਦੀ ਪਰ ਕਿਸੇ ਨੂੰ ਕਿਆ ਪਤਾ ਮੈਂ ਇੱਥੋਂ ਤੱਕ ਕਿੱਦਾਂ ਆਈ ਆ ਕਿੱਦਾਂ ਨਹੀਂ ਆ ਨਾ ਰਿਸ਼ਤੇਦਾਰ ਤਾਂ ਦੇਖੋ ਬੋਲਦੀ-ਬੋਲਦੇ ਸਭ ਤੋਂ ਵੱਡੀ سپورਟ ਮੈਨੂੰ ਕਰਦੇ ਆਂ ਦੀ ਆ ਮੇਰੇ ਸ਼ਾਪ ਤੇ ਆ ਕੇ ਨਾ ਇਦਾਂ ਦੀਆਂ ਕੁੜੀਆਂ ਵੀ ਆਈਆਂ ਮੇਰੇ ਨੌਨ ਸੀਗੇ ਫਰੈਂਡ ਸੀਗੇ ਉਹ ਵੀਰ ਜੀ ਨੇ ਉਹ ਉਹਨਾਂ ਦੀ ਫਰੈਂਡ ਸੀਗੀ ਉਹਨਾਂ ਮੈਨੂੰ ਉਹਨਾਂ ਨੇ ਮੈਨੂੰ ਕੰਮ ਕਰਦੇ ਵੇਖਿਆ ਉਹਨਾਂ ਨੇ ਨਾ ਪਤਾ ਖਾ ਖਾਇਆ ਪੀਆ ਸਭ ਕੁਝ ਖਾਇਆ ਪੀਆ ਮੈਨਾਂ ਤਾਂ ਉਹ ਕਹਿੰਦੇ ਪੈਸੇ ਲੈ ਲਓ ਮੈਂ ਕਿਹਾ ਨਹੀਂ ਨਹੀਂ ਤੁਸੀਂ ਰਹਿਣ ਦਿਓ ਵੀਰ ਜੀ ਉਹਨਾਂ ਕੁੜੀ ਹੋ ਗਈ ਉਹਨੇ ਮੈਨੂੰ ਕਮੈਂਟ ਕੀਤਾ ਚਾਰ ਬੰਦਿਆਂ ਦੇ ਵਿੱਚ ਕਹਿੰਦੀ ਇਹਨੂੰ ਕੱਪੜੇ ਪਾਉਣ ਦੀ ਤਮੀਜ਼ ਨਹੀਂ ਐ ਇੱਥੋਂ ਇੱਥੋਂ ਤੱਕ ਮੈਨੂੰ ਲੋਕਾਂ ਨੇ ਬੋਲਿਆ ਕਹਿੰਦੀ ਕਿਆ ਇਹ ਕੰਮ ਕਰ ਰਹੀ ਆਪਣੀ ਸ਼ਾਪ ਆ ਕੋਈ ਬ੍ਰਾਂਡਡ ਕੱਪੜੇ ਨਹੀਂ ਆ ਮਤਲਬ ਇੱਥੋਂ ਤੱਕ ਮੈਨੂੰ ਲੋਕਾਂ ਨੇ ਬੋਲਿਆ ਪਰ ਮੈਨੂੰ ਕੋਈ ਅਸਰ ਨਹੀਂ ਆ ਮੈਂ ਤਾਂ ਇਹ ਸੋਚਦੀ ਆ ਜਿਹੜੀ ਕੁੜੀ ਦੀ ਸੋਚ ਕੱਪੜਿਆਂ ਤੱਕ ਆ ਉਹ ਉਹ ਆਪਣਾ ਫਿਊਚਰ ਨਹੀਂ ਵੇਖੂ ਉਹਨਾਂ ਉਹਨੇ ਆਪਣੇ ਕੱਪੜੇ ਹੀ ਵੇਖਣੇ ਆਗੇ ਬਸ ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਲੋਕ ਤਾਂ ਬਹੁਤ ਅੱਜ ਵੀ ਬੋਲਦੇ ਪਹਿਲਾਂ ਹੀ ਬੋਲੇ ਆ ਮੰਮੀ ਪਾਪਾ ਦੀ ਸਪੋਰਟ ਕਰਕੇ ਮੈਂ ਇੱਥੇ ਆ ਉਹ ਮਤਲਬ ਬਹੁਤ ਸਾਰੇ ਲੋਕ ਐਦਾਂ ਦੇ ਮਿਲਦੇ ਆ ਤੁਹਾਨੂੰ ਹਨਾ ਵੀ ਜੋ ਬਹੁਤ ਬਹੁਤ ਸੁਣਨਾ ਵੀ ਪੈਂਦਾ ਇੱਥੇ ਤੁਹਾਨੂੰ ਆ ਕੇ ਵੀ ਐਦਾਂ ਦੇ ਮਿਲਦੇ ਆ ਵੀ ਸੁਣਾ ਕੇ ਵੀ ਜਾਂਦੇ ਨੇ ਹਾਂਜੀ ਹਾਂ ਸਰ ਬਹੁਤ ਜ਼ਿਆਦਾ ਜਾਂਦੇ ਬਹੁਤ ਕਈ ਤਾਂ ਕਸਟਮਰ ਆਤਾ ਹੈ ਪਹਿਲਾਂ ਮਤਲਬ ਪੀਜ਼ ਪੀਜ਼ਾ ਨਹੀਂ ਆਰਡਰ ਕਰਦੇ ਉਹਨਾਂ ਨੇ ਪਹਿਲਾਂ ਹੀ ਵੇਖਣਾਗਾ ਕਿ ਲੋਕਲ ਜਿਹੜਾ ਪੀਜ਼ਾ ਪਤਾ ਨਹੀਂ ਕਿਦਾਂ ਕਿਦਾਂ ਦੇ ਪੀਜ਼ਾ ਉਹ ਬਟ ਖਾਨ ਤੋਂ ਪਿੱਛੋਂ ਮੈਨੂੰ ਇਹੀ ਮਤਲਬ ਕਹਿ ਕੇ ਜਾਂਦੇ ਆ ਕਿ ਮੈਮ ਸੌਰੀ ਅਸੀਂ ਪਹਿਲਾਂ ਐਦਾਂ ਐਦਾਂ ਬੋਲੇ ਸੀਗੇ ਬਟ ਤੁਹਾਡਾ ਡੋਮੀਨੋਸ ਤੋਂ ਬੈਸਟ ਹੈ ਪੀਜ਼ਾ ਕਈ ਐਦਾਂ ਦੇ ਵੀ ਆ ਤੇ ਕਹਿੰਦੇ ਪਤਾ ਨਹੀਂ ਕਿੱਦਾਂ ਦਾ ਲੋਕਲ ਬਣਾਉਂਦੀ ਏ ਕੁੜੀ ਐ ਪਤਾ ਨਹੀਂ ਅੰਦਰ ਸਫਾਈ ਰੱਖਦੀ ਪਤਾ ਨਹੀਂ ਮਤਲਬ ਕਾਫੀ ਜ਼ਿਆਦਾ ਕੁਝ ਬੋਲਦੇ ਆ ਕਈ ਜੈਂਟਸ ਆਉਂਦੇ ਆ ਕਿ ਡ੍ਰਿੰਕ ਦੀਂਦੀ ਉਹਨਾਂ ਨੇ ਉਹ ਵੀ ਬਹੁਤ ਬੋਲ ਕੇ ਆਂਦੇ ਆ ਬਟ ਆਪਾਂ ਮੈਨੂੰ ਅਸਰ ਨਹੀਂ ਹੁੰਦਾ ਕਿਉਂਕਿ ਮੈਂ ਆਪਣਾ ਕੰਮ ਕਰਨਾ ਅੱਗੇ ਤੱਕ ਜਾਣਾ ਤਾਂ ਕੁਝ ਵੀ ਨਹੀਂ ਐ ਇਸ ਤੋਂ ਵੀ ਮੈਂ ਅੱਗੇ ਅੱਗੇ ਆਪਣਾ ਜਾਣਾ ਅਗਰ ਆਪਾਂ ਲੋਕਾਂ ਦਾ ਸਰਕਾਰਾਂਗੇ ਫਿਰ ਨਹੀਂ ਆਪਾਂ ਅੱਗੇ ਜਾ ਪਾਵਾਂਗੇ 10:30 ਤੋਂ 3:00 ਵਜੇ ਸਵੇਰ ਦੇ ਹਾਂਜੀ ਹਾਂਜੀ ਸਰ ਤੇ ਫਿਰ ਸੋ ਅਗਲੇ ਦਿਨ ਫਿਰ 10:30 ਵਜੇ ਆ ਜਾਂਦੇ ਹਾਂ ਹਾਂਜੀ ਹਾਂਜੀ ਸਰ 10:30 ਲਾਸਟ ਟਾਈਮ 11 ਮਤਲਬ ਇਹ ਇਹਦੇ ਵਿੱਚ ਵਿੱਚ ਮੈਂ ਸ਼ਾਪ ਤੇ ਹੁੰਦੀ ਹੈਗੀ ਆਪਾਂ ਸਾਰਾ ਹੋ ਜਾਂਦਾ ਇੰਨੇ ਚ ਮੈਨੇਜ ਕਰ ਲੈਣ ਕਿਵੇਂ ਮੈਨੇਜ ਕਿਵੇਂ ਕਰ ਦੋ ਇਹਨਾਂ ਸਰ ਸਵੇਰੇ ਓਪਨਿੰਗ ਕਰਕੇ ਨਾ ਮੈਂ ਮਤਲਬ ਆਪਣਾ ਪਹਿਲਾ ਸਵੇਰੇ ਮੈਂ ਸ਼ਾਮ ਤੱਕ ਦਾ ਰੱਖਨੀਆ ਸਮਾਨ ਰੈਡੀ ਕਰਕੇ ਆਪਣਾ ਪੀਜ਼ੇ ਬੇਸ ਕਟਿੰਗ ਕਟਿੰਗ ਉਸ ਤੋਂ ਬਾਅਦ ਵਿੱਚ ਫਿਰ ਮੈਂ 11:00 ਵਜੇ ਮੈਂ ਮਤਲਬ ਮੇਰਾ ਕੰਮ ਡਾਊਨ ਹੋ ਜਾਂਦਾਗਾ ਡਾਈਨਿੰਗ ਵਗੈਰਾ ਦਾ ਉਸ ਤੋਂ ਪਿੱਛੇ ਮੇਰੇ ਕੋਲੇ ਜੋਮੈਟੋ ਸਵੀਗੀ ਤੇ ਕੰਮ ਹੁੰਦਾ ਆ ਆਨਲਾਈਨ ਕੰਮ ਹੁੰਦਾ ਫਿਰ ਮੈਂ ਅੱਧਾ ਘੰਟਾ ਮੇਰੀ ਹੋ ਜਾਂਦੀ ਹੈ ਰੈਸਟ ਅੱਧਾ ਘੰਟਾ ਨਹੀਂ ਆਰਡਰ ਆਉਂਦੇ ਬਸ ਇਹ ਕਈ ਵਾਰੀ ਕੁਝ ਨਹੀਂ ਪਤਾ ਕਸਟਮਰ ਦਾ ਕਦੋਂ ਆ ਜਾਏ ਤੇ ਉਸ ਤੋਂ ਪਿੱਛੇ ਫਿਰ ਮੇਰਾ 12 ਵਜੇ ਕੰਮ ਸਟਾਰਟ ਹੁੰਦਾਗਾ 3 ਵਜੇ ਤੱਕ ਮੇਰਾ ਜੋਮੈਟੋ ਸਵੀਗੀ ਰਹਿੰਦਾ ਕਦੀ ਆਰਡਰ ਆ ਗਿਆ ਕਦੀ ਬੈਠ ਕੇ ਰੈਸਟ ਐਦਾਂ ਮਤਲਬ ਹੁਣ ਨਹੀਂ ਮੈਂ ਕੱਲੀਆਂ ਕਈ ਵਾਰੀ ਬ੍ਰਦਰ ਹੁੰਦਾ ਕਜ਼ਨ ਉਹ 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 ਹੁੰਦੇ ਆ ਰਾਤ ਨੂੰ ਮੇਰੇ ਕੋਲੇ ਅਦਰਭਾਈ ਤੁਨੇ ਕੋਈ ਰੱਖਿਆ ਵੀ ਨਹੀਂ ਹੋਇਆ ਨਾਲ ਕੰਮ ਤੇ ਨਹੀਂ ਨਹੀਂ ਸਰ ਵਰਕਰ ਕੋਈ ਨਹੀਂ ਮੈਂ ਇਕੱਲੀ ਕਰਦੀ ਆਂਗੀ ਕਾਫੀ ਟਾਈਮ ਹੋ ਗਿਆ ਮੈਨੂੰ ਡੇਢ ਸਾਲ ਹੋ ਗਏ ਮੈਨੂੰ ਸ਼ਾਪ ਓਪਨ ਕੀਤੇ ਨੂੰ ਡੇਢ ਸਾਲ ਤੋਂ ਰੈਗੂਲਰ ਇਹੀ ਕੰਮ ਕਰ ਰਹੀ ਹਾਂ ਪੀਜ਼ਾ ਦਾ ਹਾਂਜੀ ਹਾਂਜੀ ਸਰ ਸੇਮ ਹੀ ਕੰਮ ਹੈ ਮੇਰੇ ਕੋਲ ਡੇਲੀ ਓਪਨ ਹੁੰਦੀ ਆ ਸ਼ਾਪ ਜਾਂ ਵਿੱਚ ਦੀ ਰੈਸਟ ਵੀ ਹੁੰਦੀ ਹੈ ਨਿਸ਼ਰ ਡੇਲੀ ਸ਼ਾਪ ਓਪਨ ਹੁੰਦੀ ਆ ਕਈ ਵਾਰੀ ਕੋਈ ਐਮਰਜੈਂਸੀ ਹੋ ਜਾਏ ਮੈਨੂੰ ਘਰ ਜਾਣਾ ਪੈ ਜਾਏ ਆ ਉਸ ਦਿਨ ক্লোਜ਼ ਹੁੰਦੀ ਆ ਉਸ ਦਿਨ ਵੀ ਹਾਫ ਡੇ ਹੁੰਦਾ ਆਦਰਵਾਇਜ਼ ਮੇਰੀ ਸ਼ਾਪ ক্লোਜ਼ ਨਹੀਂ ਰਹਿੰਦੀ ਔਰ ਵੀ ਅਗਰ ਜਦੋਂ ਜ਼ਿਆਦਾ ਐਮਰਜੈਂਸੀ ਆ ਜਾਏ ਘਰ ਘਰ ਜਾਣਾ ਪੈ ਜਾਏ ਆਪਣੇ ਪਿੰਡ ਤਦ ਹੁੰਦੀ ਆ ਬੰਦ ਨਹੀਂ 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 ਤਾਂ ਮੇਰੀ ਸ਼ਾਪ ਓਪਨ ਨਹੀਂ ਰਹਿੰਦੀ ਹੈਗੀ ਫਦਰ ਸਟੱਡੀਜ਼ ਬਾਰੇ ਕੀ ਸੋਚ ਆਗੇ ਪੜਾਈ ਕਰਨੀ ਆ ਜਾਂ ਇਹੀ ਲਾਈਨ ਚ ਬਸ ਰਹਿਣਾ ਸਰੇ ਸਟੱਡੀ ਦਾ ਤਾਂ ਦੇਖੋ ਮੈਂ ਕੰਟੀਨਿਊ ਰੱਖਣੀ ਰੱਖਣੀ ਹੈ ਫਿਲਹਾਲ ਤਾਂ ਮੇਰੀ ਬੀਏ ਕੰਪਲੀਟ ਹੋਈ ਹੈ ਬਟ ਐਸੇ ਕੰਮ ਨੂੰ ਮੈਂ ਲੈ ਕੇ ਜਾਣਾ ਅੱਗੇ ਤੇ ਐਕਚੁਅਲੀ ਨਾ ਮੇਰੀ ਇਹ ਇੰਟਰਵਿਊਜ਼ ਹੋਈਆਂ ਕਾਫੀ ਜ਼ਿਆਦਾ ਤੇ ਇੰਟਰਵਿਊਜ਼ ਨੂੰ ਦੇਖ ਕੇ ਨਾ ਕਾਫੀ ਮੈਨੂੰ ਆਊਟ ਆਫ ਕੰਟਰੀ ਤੋਂ ਕਾਲਸ ਆਈਆਂ ਕਿ ਇਸ ਨੂੰ ਸਪான்ਸਰ ਕਰ ਲੈਣੇ ਆ ਫਿਲਹਾਲ ਤਾਂ ਚਲੋ ਮੇਰਾ ਕੰਮ ਇਹ ਹੀ ਦਾ ਸੋਚ ਆਇਆ ਬਟ ਬਾਹਰਲਾ ਮੇਰਾ ਹਜੇ ਵੇਖ ਰਹੀਆਂ ਅਗਰ ਮੇਰਾ ਬਾੜਾ ਹੋਗਾ ਤਾਂ ਮੈਂ ਆਪਣਾ ਬਾੜਾ ਕਰਕੇ ਆਪਣੇ ਪੈਰਾਂ ਤੇ ਸਟੈਂਡ ਹੋ ਕੇ ਮੰਮੀ ਪਾਪਾ ਦਾ ਨਾਮ ਲੈ ਕੇ ਜਾਣਾਗੇ ਸਪੈਸ਼ਲਿਸਟ ਕਿਸ ਚੋ ਮਤਲਬ ਰੈਸਪੀ ਕੀ ਤਿਆਰ ਕਰਦੇ ਹੋ ਤੁਹਾਡੇ ਤੋਂ ਬੈਸਟ ਜੋ ਖਾਣ ਹੁੰਦੇ ਨੇ ਲੋਕਾ ਨਾ ਕੀ ਮਿਲਦਾ ਤੁਹਾਡੇ ਸਰ ਮੈਂ ਤਾਂ ਪੀਜ਼ਾ ਹੀ ਆ ਮੇਰੇ ਕੋਲ ਪੀਜ਼ਾ ਪੀਜ਼ਾ ਮੇਰਾ ਸਪੈਸ਼ਲ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਸਰ 5 ਤੋਂ 7 ਮਿੰਟ ਦੇ ਵਿੱਚ ਪੀਜ਼ਾ ਰੈਡੀ ਹੋ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਸੁਣਿਆ ਇੱਕ ਬਹੁਤ ਸਾਰੀਆਂ ਇਹਨਾਂ ਨੇ ਕਿਹਾ ਮੁਸ਼ਕਲਾਂ ਵੀ ਆਈਆਂ ਹਿੰਮਤ ਨਹੀਂ ਹਾਰੇ ਲੋਕ ਤਾਨੇ ਮੇਨੇ ਵੀ ਬਹੁਤ ਮਾਰਦੇ ਨੇ ਪਰ ਆਪਣੀ ਮਿਹਨਤ ਜਾਰੀ ਰੱਖੀ ਤੇ ਇਹਨਾਂ ਨੇ ਕਿਹਾ ਕਿ ਅੱਗੇ ਵੀ ਕੰਮ ਕਰਦੇ ਰਹਿਣਗੇ ਕੈਮਰਾਮੈਨ ਜੀਤ ਦੇ ਨਾਲ ਹੈਰੀ ਸੱਗੀ ਪ੍ਰੋ ਪੰਜਾਬ ਟੀਵੀ ਮਹਾਲੀ